देख रहे हो सांझ टीवी न्यूज पोर्टल। सोशल मीडिया ते आजकल एक वीडियो वायरल हो रही है, जिस विच एक बुजुर्ग व्यक्ति दी कुछ लोकां दी भीड़ घर दे अंदर दाखल हो के मारकुट कर रही है। इस वीडियो दी सच्चाई पता करन लई जदों साडी लुधियाणा दी पत्रकार टीम ने खोज कड्डी ता एह मामला थाना टिब्बा दे अधीन पेंदे न्यू पुनीत नगर दा सी अते छठ पूजा दौरान स्पीकर दी आवाज़ कट करन नूं लैके दो गुआंढी परिवारां विच आपसी कुटमार होई सी। हालांकि वीडियो विच कुछ प्रवासी लोग एक बुजुर्ग व्यक्ति नाल कुटमार करदे नजर आ रहे हन। इस मामले संबंधी जदों एसीपी पवनजीत सिंह चौधरी नाल गलबात कीती तां उन्हां कहा कि स्पीकर दी आवाज़ कट करन नूं लैके दो तीरां दी आपसी लड़ाई होई सी अते दोनां दे खिलाफ क्रॉस मामला दर्ज करके अगली कार्रवाई शुरू कर दित्ती है। चौधरी ने कहा कि इस झगड़े नूं धार्मिक मुद्दा ना बनाया जावे ताकि माहौल विगड़न तों बचाया जावे। पुलिस इस मामले दी गंभीरता नाल जांच कर रही है। फिलहाल पुलिस वल्लों इस मामले विच किसी दी भी गिरफ्तारी दी गल तों इनकार कीता जा रहा है। बंदे किसे नाल माड़ी चंगी नहीं करदे, मतलब इन्हां ने सानूं इन्नी बुरी तरहां मारिया ना, मेरे बच्चियां नूं वाल केस खिलार दित्ते ना, सारे केसां दे बच्चियां दा बुरा हाल कीता, अंदर वड़ के साडे दरवाजे तोड़ के मारकुट करके गए। एक्टिवा तोड़ी है ਬਜ਼ੁਰਗਾਂ ਨਾਲ ਵੀ ਕੋਈ ਕੁੱਟਮਾਰ ਹੋਈ? ਹਾਂਜੀ, ਉਹਨਾਂ ਨੂੰ ਬਹੁਤ ਹੋਇਆ, ਇਹਨਾਂ ਨੇ ਬਹੁਤ ਬੁਰੀ ਹਾਲ ਪਹਿਲਾਂ ਅੰਦਰ ਕੁੱਟਿਆ ਫਿਰ ਇਹਨਾਂ ਬਾਹਰ ਧੂ ਕੇ ਕੁੱਟਿਆ। ਇਸ ਮਾਮਲੇ ਵਿੱਚ ਦੂਜੇ ਧਿਰ ਦੇ ਪ੍ਰਵਾਸੀ ਵਿਅਕਤੀਆਂ ਨੇ ਦੱਸਿਆ ਕਿ ਪਹਿਲਾਂ ਉਹਨਾਂ ਲੋਕਾਂ ਵੱਲੋਂ ਸਾਡੇ ਤੇ ਹਮਲਾ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਹੀ ਇਹ ਘਟਨਾ ਵਾਪਰੀ ਹੈ। ਇਹ ਕੀ ਮਾਮਲਾ ਸੀਗਾ ਸਾਰਾ? ਇਹ ਛੱਠ ਪੂਜਾ ਦਾ ਕਾਰਜਕ੍ਰਮ ਹੋ ਰਿਹਾ ਸੀ ਸਾਡੇ ਘਰੇ। ਇਹ ਬਿਨਾਂ ਪੁੱਛੇ ਸਾਡੇ ਘਰ ਗਏ ਤੇ ਇਹਨਾਂ ਨੇ ਸਾਉਣ ਦੀਆਂ ਤਾਰਾਂ ਪਰਤੀਆਂ ਤੇ ਸਾਡੇ ਘਰਦਿਆਂ ਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਣ ਲੱਗ ਪਏ। ਜਦੋਂ ਅਸੀਂ ਉਹਦਾ ਵਿਰੋਧ ਕੀਤਾ, ਇਹਨਾਂ ਨੇ ਬਾਹਰੋਂ ਮੁੰਡੇ ਬੁਲਾ ਕੇ ਦੁਬਾਰਾ ਹਥਿਆਰਬੰਦ ਬੰਦਿਆਂ ਨੂੰ ਸਾਡੇ ਘਰੇ ਹਮਲਾ ਕਰਵਾਇਆ ਤੇ ਸਾਡੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਜ਼ਖਮੀ ਕੀਤਾ, ਕਈ ਜਾਣਿਆਂ ਨੂੰ ਮਾਰਿਆ ਕੁੱਟਿਆ ਇਹਨਾਂ ਨੇ। ਉਸ ਤੋਂ ਬਾਅਦ ਗਲੀ ਦੇ ਲੋਕਾਂ ਨੇ ਦੁਬਾਰਾ ਜਦੋਂ ਦੇਖਿਆ ਬਾਹਰ ਦੇ ਲੋਕ ਆਏ ਨੇ ਤੇ ਉਹਨਾਂ ਨੇ ਇਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਵਿੱਚ ਕਾਫੀ ਟਰੋਲੇ ਵੀ ਚੱਲੇ ਨੇ। ਦੂਜੇ ਪਾਸੇ ਵਾਇਰਲ ਵੀਡੀਓ ਵਿੱਚ ਨਜ਼ਰ ਆ ਰਹੇ ਪੀੜਤ ਪਰਿਵਾਰ ਦੀ ਮਦਦ ਲਈ ਕਈ ਸਿੱਖ ਜਥੇਬੰਦੀਆਂ ਸਾਹਮਣੇ ਆ ਰਹੀਆਂ ਹਨ ਅਤੇ ਪੀੜਤ ਪਰਿਵਾਰ ਲਈ ਇਨਸਾਫ ਦੀ ਮੰਗ ਕਰ ਰਹੀਆਂ ਹਨ। ਬਿਲਕੁਲ, ਛੱਠ ਪੂਜਾ ਵਾਲੇ ਦਿਨ ਉਹ ਪੜੋਸੀ ਨੇ, ਵਿਚਕਾਰ ਸਿਰਫ ਗਲੀ ਪੈਂਦੀ ਹੈ, ਇੱਕ ਘਰ ਉਧਰਲੇ ਪਾਸੇ ਪ੍ਰਵਾਸੀ, ਦੂਜੇ ਪਾਸੇ ਜਿਹੜੇ ਸਰਦਾਰ ਜੀ ਹੈ। ਛੱਠ ਪੂਜਾ ਚੱਲ ਰਹੀ ਸੀ, ਕੋਈ ਸਪੀਕਰ ਦੇ ਆਵਾਜ਼ ਪਿੱਛੇ ਇਹਨਾਂ ਦਾ ਕੋਈ ਤੂਤੂ ਮਹਿਮਾ ਹੋਈ ਹੈ, ਜਿਹਦੇ ਪਿੱਛੇ ਝਗੜਾ ਹੋਇਆ। ਦੋਨਾਂ ਪਾਰਟੀਆਂ ਨੇ ਇੱਕ ਦੂਜੇ ਤੇ ਹਮਲਾ ਕਰਕੇ ਦੋਨਾਂ ਨੇ ਸੱਟਾਂ ਮਾਰੀਆਂ। ਉਹਦੇ ਵਿੱਚ ਅਸੀਂ ਬਕਾਇਦਾ ਐਫ ਆਈ ਆਰ ਲੌਜ ਕਰ ਲਈ ਹੈ, ਪਰਚੇ ਐਫ ਆਈ ਆਰ ਦੇ ਰਜਿਸਟਰ ਕਰਕੇ ਦੋਨਾਂ ਪਾਰਟੀਆਂ ਜਿਹਨਾਂ ਦੇ ਸੱਟਾਂ ਲੱਗੀਆਂ ਹੈ ਉਹਨਾਂ ਵੱਲੋਂ ਐਫ ਆਈ ਆਰ ਲੌਜ ਕਰਕੇ ਅਸੀਂ ਉਹਦੀ ਤਫਤੀਸ਼ ਕਰ ਰਹੇ ਹਾਂ। ਔਰ ਉਹਦੇ ਵਿੱਚ ਬਕਾਇਦਾ ਜਿਹੜੇ ਬੰਦੇ ਕੋਈ ਉਹਦੇ 'ਚ ਅਰੈਸਟ ਹੋਣ ਵਾਲੇ, ਇੱਕ ਦੇ ਤਾਂ ਸੱਟਾਂ ਲੱਗੀਆਂ ਹੋਈਆਂ, ਉੱਥੇ ਵੀ ਬਕਾਇਦਾ ਅਸੀਂ ਹੋਸਪਿਟਲ ਵੀ ਬੰਦੇ ਲਾਏ ਅਤੇ ਇੱਧਰ ਵੀ ਜਿਹੜੇ ਭੱਜੇ ਹੋਏ ਉਹਨਾਂ ਮਗਰ ਪੁਲਿਸ ਪਾਰਟੀ ਭੇਜੇ ਹੋਏ ਆ। ਲੜਾਈ ਝਗੜੇ ਦਾ ਕੇਸ ਹੈ ਅਤੇ ਉਹਨੂੰ ਆਪਾਂ ਦੇਖ ਰਹੇ ਹਾਂ ਸਾਰਾ। ਸਭ ਤੋਂ ਪਹਿਲਾਂ ਤਾਂ ਜੀ ਅਸੀਂ, ਸਾਨੂੰ ਜਿੱਦਾਂ ਵੀ ਸੂਚਨਾ ਮਿਲੀ, ਪਤਾ ਲੱਗਿਆ ਕਿ ਅਸੀਂ ਸਭ ਤੋਂ ਪਹਿਲਾਂ ਹੁਣ ਸਿਵਲ ਹਸਪਤਾਲ ਤੋਂ ਆਏ ਹਾਂ ਜੀ। ਅਸੀਂ ਸਿਵਲ ਹਸਪਤਾਲ ਦੇ ਵਿੱਚ ਅਸੀਂ ਪਤਾ ਕੀਤਾ ਕਿ ਜਿਹੜੇ ਪਰਿਵਾਰ ਦੇ ਸੱਟਾਂ ਵੱਜੀਆਂ ਨੇ ਉਸ ਪਰਿਵਾਰ ਦਾ ਕੋਈ ਅਤਾ ਪਤਾ ਨਹੀਂ, ਕਿੱਥੋਂ ਮੁਲਾਜ਼ਾ ਹੋਇਆ ਕੁਛ ਨਹੀਂ, ਪ੍ਰਸ਼ਾਸਨ ਨੂੰ ਕੁਛ ਨਹੀਂ ਪਤਾ, ਸਾਨੂੰ ਕੁਛ ਨਹੀਂ ਪਤਾ। ਅਸੀਂ ਇੱਥੇ ਪਹੁੰਚੇ ਜਦੋਂ ਏਰੀਏ ਵਿੱਚ ਤਾਂ ਨਗਰ ਵਿੱਚ ਪੈਰਵੀ ਕੀਤੀ ਤਾਂ ਜਿਹੜੇ ਪਰਿਵਾਰ 'ਤੇ ਹਮਲਾ ਹੋਇਆ ਔਰ ਜਿਨ੍ਹਾਂ ਨੇ ਕੀਤਾ ਇਹ, ਉਹ ਬਿਹਾਰ ਤੋਂ ਪ੍ਰਵਾਸੀ ਨੇ। ਇਹਨਾਂ ਨੇ ਪਹਿਲਾਂ ਵੀ 9-10 ਵਾਰੀ ਇੱਥੇ ਹੀ ਹਮਲੇ ਕੀਤੇ ਨੇ। ਕੋਈ ਰਾਜਨੀਤਿਕ ਸਪੋਰਟ ਹੈ ਇਹਨਾਂ ਨੂੰ ਜਾਂ ਕਿਹਦੀ ਸਪੋਰਟ ਆ, ਅਤੇ ਇਹ ਅਸੀਂ ਪਤਾ ਕਰਦੇ ਹਾਂ। ਇਸ ਕਰਕੇ ਅਸੀਂ ਇੱਥੇ ਜੋ ਪਹੁੰਚੇ ਹਾਂ ਅੱਜ, ਅਤੇ ਇਸ ਮੁੱਦੇ ਨੂੰ ਅਗਰ ਜੇ ਪ੍ਰਸ਼ਾਸਨ ਨੇ ਕਿਸੇ ਵੀ ਤਰੀਕੇ ਨਾਲ ਨਹੀਂ ਹੈਂਡਲ ਕੀਤਾ ਜਾਂ ਕੋਈ ਵੀ ਇਹ ਸੰਘਰਸ਼ ਅਸੀਂ ਖਿੱਚ ਕੇ ਲੈ ਕੇ ਜਾਵਾਂਗੇ ਗਾਂਹ ਤੱਕ, ਕਿਉਂਕਿ ਇੱਕ ਸਿੱਖ ਦੀ ਦਸਤਾਰ ਉਤਰੀ ਆ। ਅਸੀਂ ਪਹਿਲਾਂ ਵੀ ਜਿਹੜੀ ਸਾਡੀ ਕੌਮ ਦੇ ਉੱਤੇ ਪਹਿਲਾਂ ਤੋਂ ਵੀ ਸਿੱਖਾਂ ਦੇ ਹਮਲੇ ਹੁੰਦੇ ਨੇ ਜੋ ਵੀ ਆ, ਅੱਜ ਜਿਹੜੀ ਸਿਚੁਏਸ਼ਨ ਆ ਇਹ ਬਹੁਤ ਗੰਭੀਰ ਆ, ਇਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਅਤੇ ਇਸ ਅੰਮ੍ਰਿਤਧਾਰੀ ਪਰਿਵਾਰ ਦੇ ਉੱਤੇ ਹਮਲਾ ਹੋਇਆ, ਅੰਮ੍ਰਿਤਧਾਰੀ ਬੱਚੀਆਂ ਗਈਆਂ, ਡੀਜੇ ਦੀ ਇਜਾਜ਼ਤ ਕਿਹਨੇ ਦਿੱਤੀ, ਛੱਠ ਪੂਜਾ ਦੀ ਇਜਾਜ਼ਤ ਕਿਹਨੇ ਦਿੱਤੀ, ਸਾਰਾ ਕੁਛ ਮੌਕੇ ਦੇ ਉੱਤੇ ਆਪ ਦੇਖ ਸਕਦੇ ਹੋ। ਤੋ ਆ ਮੇਰੀ ਬੇਨਤੀ ਆ ਸੰਗਤ ਨੂੰ, ਜਿਹੜੀ ਵੀ ਸੰਗਤ ਇਸ ਵੀਡੀਓ ਨੂੰ ਸੁਣੇ ਅਤੇ ਉਹ ਸਾਰੇ ਰਲ ਕੇ ਸਿੱਖ ਵੀਰ ਜਿੰਨਾ ਵੀ ਜਗਤ ਆ ਸੱਚ ਦੀ ਆਵਾਜ਼ ਚੱਕਣੀ ਆ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਬੰਧ ਇਹ ਹੈ ਜੀ, ਜਿਹੜੀ ਕੱਲ੍ਹ ਪਰਸੋਂ ਘਟਨਾ ਵਾਪਰੀ ਹੈ, ਇਹ ਛੱਠ ਪੂਜਾ ਦੇ ਗੀਤ ਚਲਾਉਣ ਦੇ ਪਿੱਛੇ ਇਹਨਾਂ ਨੇ ਕਿਹਾ ਸੀ ਆਵਾਜ਼ ਘੱਟ ਕਰ ਲਓ, ਇਹਨਾਂ 'ਤੇ ਪਥਰਾਅ ਹੋਇਆ ਜਾਂ ਇਹਨਾਂ 'ਤੇ ਸੱਟ ਫੇਟ ਵੱਜੀ ਆ। ਅਸੀਂ ਇਹ ਖਬਰ ਪੜ੍ਹ ਕੇ ਅਤੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵੇਖ ਕੇ ਪਹੁੰਚੇ ਹਾਂ ਜੀ। ਕੌਮ ਦੇ ਰਾਖੇ ਗਰੁੱਪ ਵੱਲੋਂ ਜੀ ਅਸੀਂ ਇਸ ਪਰਿਵਾਰ ਨਾਲ ਪੂਰਾ ਸਹਿਯੋਗ ਦੇਵਾਂਗੇ। ਪਰਿਵਾਰ ਦਾ ਇਹਨਾਂ ਨੂੰ ਪੈਸੇ ਦੀ ਲੋੜ ਆ ਜਾਂ ਕਿਸੇ ਚੀਜ਼ ਦੀ ਹੋਰ ਲੋੜ ਆ ਜਾਂ ਇਹਨਾਂ ਦਾ ਨੁਕਸਾਨ ਹੋਇਆ, ਉਹ ਅਸੀਂ ਇਹਨਾਂ ਦੇ ਨਾਲ ਖੜਾਂਗੇ। ਸੱਟ ਫੇਟ ਵੱਜੀ ਆ ਜਾਂ ਕੋਈ ਵੀ ਹੋਇਆ ਤਾਂ ਉਹ ਅਸੀਂ ਇਹਨਾਂ ਨੂੰ
ਪੂਰੀ ਮਦਦ ਕਰਾਂਗੇ। ਅਸੀਂ ਤਾਂ ਪ੍ਰਸ਼ਾਸਨ ਨੂੰ ਵੀ ਕਹਿੰਦੇ ਹਾਂ ਵੀ ਜੋ ਸਹੀ ਹੈ ਇਹ ਇਹਨਾਂ ਦੀ ਮਦਦ ਕੀਤੀ ਜਾਵੇ। ਧੱਕਾ ਹੋ ਰਿਹਾ ਜੀ ਪੰਜਾਬੀਆਂ ਨਾਲ, ਇਹ ਜੇ ਬਾਹਰੋਂ ਆ ਕੇ ਬਿਹਾਰੀ ਲੋਕ ਸਾਡੇ ਨਾਲ ਇਹ ਕੁਛ ਕਰਨਗੇ ਤਾਂ ਫਿਰ ਅਸੀਂ ਜਾਵਾਂਗੇ ਵੀ ਕਿੱਥੇ? ਠੀਕ ਹੈ ਜੀ, ਅਸੀਂ ਆਏ ਹਾਂ, ਅਸੀਂ ਇਹਨਾਂ ਨਾਲ ਪੂਰਾ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ, ਜਿੰਨੀ ਲੋੜ ਆ ਸਾਡੇ ਤੱਕ ਇਹਨਾਂ ਨੂੰ ਅਸੀਂ ਖੜਾਂਗੇ, ਸਾਨੂੰ ਕੋਈ ਚੱਕਰ ਨਹੀਂ ਕਿਸੇ ਦਾ, ਕੋਈ ਨਾ ਡਰ। ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।